hi friends welcome ਕਰਦੀ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ meet academy ਦੇ ਉੱਤੇ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਜਾ ਰਹੀ ਹੈ ਪੰਜਾਬ ਦੇ ਵਿੱਚ ਨਵੀਆਂ ਵੈਕੈਂਸੀਜ਼ ਹੈ ਜਿਹੜੀਆਂ ਡੀਸੀ ਦਫ਼ਤਰ ਦੇ ਵੱਲੋਂ ਆਊਟ ਕਰ ਦਿੱਤੇ ਗਏ ਹਨ ਸੋ ਕਿਵੇਂ ਅਪਲਾਈ ਕਰਨਾ ਕਿਹੜੀ ਕਿਹੜੀ ਵੈਕੈਂਸੀਜ਼ ਹੈ ਜਿਨ੍ਹਾਂ ਨੂੰ ਆਊਟ ਕੀਤਾ ਗਿਆ ਹੈ ਕਦ ਤੋਂ ਕਦ ਤੱਕ ਤੁਸੀਂ ਅਪਲਾਈ ਕਰ ਸਕਦੇ ਸਾਰਾ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਕਲੀਅਰ ਕਰਾਂਗੇ ਵੀਡੀਓ ਨੂੰ ਕੰਪਲੀਟ ਜ਼ਰੂਰ ਦੇਖਿਓ ਇਸੇ ਤਰ੍ਹਾਂ ਤੁਸੀਂ ਚਾਹਦੇ ਹੋ ਪੰਜਾਬ ਸਟੇਟ ਦੀ ਹਰ ਇੱਕ ਪਰਦੇ ਦੀ ਇਨਫੋਰਮੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਵੇ ਅਫੀਸ਼ੀਅਲ ਨੋਟੀਫਿਕੇਸ਼ਨ PDF ਦੇ ਨਾਲ ਤਾਂ ਜਲਦੀ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਿਓ ਇਹਨਾਂ ਤੁਹਾਨੂੰ ਹਰ ਇੱਕ ਨੋਟੀਫਿਕੇਸ਼ਨ ਟਾਈਮ ਤੇ ਮਿਲਦਾ ਰਹੂਗਾ ਜਦ ਵੀ ਮੈਂ ਤੁਹਾਡੇ ਵਾਸਤੇ ਕੋਈ ਨਵੀਂ ਇਨਫੋਰਮੇਸ਼ਨ ਲੈ ਕੇ ਆਵਾਂਗੀ ਦੱਸਣਾ ਚਾਹਾਂਗੀ ਪੰਜਾਬ ਦੇ ਵਿੱਚ ਇਸ ਰਿਕਰੂਟਮੈਂਟ ਤੋਂ ਇਲਾਵਾ ਦੋ ਤੋਂ ਤਿੰਨ ਹੋਰ ਨਵੇਂ ਨੋਟੀਫਿਕੇਸ਼ਨ ਆਏ ਹੋਏ ਆ ਲੋਕਲ ਗਵਰਨਮੈਂਟ ਦੇ ਜਿਹੜੇ ਮੈਂ ਆਪਣੇ ਚੈਨਲ ਤੇ ਉੱਤੇ ਅਪਲੋਡ ਕਰ ਚੁੱਕੇ ਹਾਂ ਜੇ ਕਿਸੇ ਰੀਜ਼ਨ ਕਰਕੇ ਤੁਸੀਂ ਵੀਡੀਓ ਨਹੀਂ ਦੇਖ ਸਕੇ ਸੀ ਜਾਂ ਤੁਸੀਂ ਪਹਿਲੀ ਵਾਰ ਹੀ ਚੈਨਲ ਤੇ ਆਏ ਆ ਤਾਂ ਉਹ ਵੈਕੈਂਸੀਸ ਨੂੰ ਜਾ ਕੇ ਜਰੂਰ ਚੈੱਕ ਕਰ ਲਿਓ ਤੇ ਸੈਂਟਰਲ ਦੀਆਂ ਵੀ ਵੈਕੈਂਸੀਸ ਕਾਫੀ ਡਿ ਆਪਣੀ ਆਫੀਸ਼ੀਅਲ ਸਾਈਟ ਤੇ ਹੁਣੇ ਹੁਣੇ ਅਪਡੇਟ ਕਰਕੇ ਆ ਚੁੱਕੇ ਆ www.clory.com ਜਿਹਦਾ ਲਿੰਕ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਮਿਲ ਜੂਗਾ ਬਾਕੀ 올 ਇੰਡੀਆ ਦੀ ਜਿਹੜੀ ਵੀ ਰਿਕਰੂਟਮੈਂਟ ਆਂਦੀ ਆ ਉਹਦੇ ਵਾਸਤੇ ਤੁਸੀਂ ਸਾਡਾ ਸੈਕੰਡ YouTube ਚੈਨਲ ਟੈਕਨੀਕਲ ਗਵਰਨਮੈਂਟ ਜੌਬ 올 ਓਵਰ ਇੰਡੀਆ YouTube ਤੇ ਸਰਚ ਕਰ ਸਕਦੇ ਆ ਟੈਕਨੀਕਲ ਗਵਰਨਮੈਂਟ ਜੌਬ 올 ਓਵਰ ਇੰਡੀਆ ਉੱਥੇ ਤੁਸੀਂ ਫਸਟ ਨੰਬਰ ਤੇ ਤੁਹਾਨੂੰ ਚੈਨਲ ਮਿਲ ਜਾਏਗਾ ਉਹਨੂੰ ਜਾ ਕੇ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਹਰ ਇੱਕ ਇਨਫੋਰਮੇਸ਼ਨ ਤੁਹਾਡੇ ਤੱਕ ਟਾਈਮਲੀ ਪਹੁੰਚ ਸਕੇ ਤਾਂ ਹੁਣ ਆਪਾਂ ਗੱਲ ਕਰਦੇ ਆ ਰਿਕਰੂਟਮੈਂਟ ਦੀ ਕੌਣ ਇਹਦੇ ਵਿੱਚ ਕਾਤੋਂ ਕਾਤਕ ਅਪਲਾਈ ਕਰ ਸਕਦਾ ਹੈ ਕਿਆ ਕੀ ਐਲੀਜੀਬਿਲਟੀ ਕ੍ਰਾਈਟੇਰੀਆ ਦੱਸਿਆ ਗਿਆ ਤੇ ਕਦ ਤੋਂ ਕਦ ਤੱਕ ਤੁਸੀਂ ਇਹਦੇ ਵਾਸਤੇ ਜਿਹੜਾ ਅਪਲਾਈ ਕਰਨਾ ਹੈ ਸਭ ਤੋਂ ਪਹਿਲਾਂ ਆਪਾਂ ਚੱਲਦੇ ਹਾਂ ਆਫੀਸ਼ੀਅਲ ਨੋਟੀਫਿਕੇਸ਼ਨ ਦੇ ਉੱਤੇ ਉੱਥੇ ਜਾ ਕੇ ਮੈਂ ਤੁਹਾਨੂੰ ਦੱਸਦੀ ਕਿਵੇਂ ਅਪਲਾਈ ਕਰਨਾ ਕੀ-ਕੀ ਐਲੀਜੀਬਿਲਟੀ ਕ੍ਰਾਈਟੇਰੀਆ ਇਹਨਾਂ ਨੇ ਦੱਸਿਆ ਹੋਇਆ ਹੈ ਤੁਸੀਂ ਦੇਖ ਸਕਦੇ ਆਪਾਂ ਆ ਚੁੱਕੇ ਆ ਨੋਟੀਫਿਕੇਸ਼ਨ ਦੇ ਉੱਤੇ ਨੋਟੀਫਿਕੇਸ਼ਨ ਦੇ ਨਾਲ ਜਿਹੜੀ ਇਹ ਪੀਡੀਐਫ ਹੈ ਅਟੈਚ ਕੀਤੀ ਹੋਈ ਹੈ ਜਿਹੜੀ ਇਹਨਾਂ ਨੇ ਐਪਲੀਕੇਸ਼ਨ ਦਾ ਫਾਰਮੈਟ ਹੈ ਜਿਹਦੇ ਵਿੱਚ ਤੁਸੀਂ ਇਹਨੂੰ ਫਿਲ ਕਰਕੇ ਇਹਨਾਂ ਦੇ गिवन ਐਡ्रेसेस ਸੈਂਡ ਕਰ ਦੇਣਾ ਹੈ ਆਪਣਾ ਨਾਮ ਇੱਥੇ ਤੁਸੀਂ ਮੈਂਸ਼ਨ ਕਰਨਾ ਹੈ ਉਸ ਤੋਂ ਬਾਅਦ ਫਾਦਰ ਨੇਮ ਦੈਨ ਡੇਟ ਆਫ ਬਰਥ ਮੋਬਾਈਲ ਨੰਬਰ ਏਜ ਜਿਹੜੇ ਤੁਹਾਡੀ ਕੀ ਪੰਦੀ ਆ 39 2020 ਤੱਕ ਤੁਹਾਡੀ ਇਹਨਾਂ ਨੇ ਉਮਰ ਮੰਗੀ ਹੋਈ ਆ ਤੁਹਾਡੀ ਉਦੋਂ ਤੱਕ ਉਮਰ ਜਿਹੜੀ ਕੀ ਪੰਦੀ ਆ ਤੁਸੀਂ ਇੱਥੇ ਮੈਂਸ਼ਨ ਕਰ ਸਕਦੇ ਆ ਆਖਰੀ ਤਰੀਕ ਅਪਲਾਈ ਕਰਨ ਦੀ ਜਿਹੜੀ ਆ ਉਹ ਹੈਗੀ ਆ 19 ਜਨਵਰੀ 2021 ਤੱਕ ਤੁਸੀਂ ਅਪਲਾਈ ਕਰ ਲੈਣਾ ਹੁਣ ਕੈਟਾਗਰੀ ਇੱਥੇ ਤੁਸੀਂ ਆਪਣੀ ਕੈਟਾਗਰੀ ਮੈਂਸ਼ਨ ਕਰਨੀ ਆ ਕਿਹੜੀ ਕੈਟਾਗਰੀ ਤੋਂ ਤੁਸੀਂ ਬਿਲੋਂਗ ਕਰਦੇ ਆ ਅਨਰਿਜ਼ਰਵਡ ਦੇ ਵਿੱਚੋਂ ਜਰਨਲ ਜਾਂ ਫਿਰ OBC SC ST ਕਿਹੜੀ ਕੈਟਾਗਰੀ ਦੇ ਤੁਸੀਂ ਜਿਹੜਾ ਬਿਲੋਂਗ ਕਰਦੇ ਆ ਥੈਨ ਤੁਸੀਂ ਇੱਥੇ ਆਪਣਾ ਰੈਜ਼ਿਡੈਂਸ ਐਡਰੈਸ ਲਿਖਣਾ ਹੈ ਇੱਥੇ ਆਪਣੀ ਲੇਟੈਸਟ ਪਾਸਪੋਰਟ ਸਾਈਜ਼ ਫੋਟੋਗ੍ਰਾਫ ਜਿਹੜੀ ਅਟੈਚ ਕਰਨੀ ਹੈ 3 ਮਹੀਨੇ ਤੋਂ ਪੁਰਾਣੀ ਤੁਹਾਡੀ ਫੋਟੋ ਨਹੀਂ ਹੋਣੀ ਚਾਹੀਦੀ ਉਸ ਤੋਂ ਬਾਅਦ ਤੁਸੀਂ ਆਪਣਾ ਇੱਥੇ ਡਿਸਟ੍ਰਿਕਟ ਜਿਹੜਾ ਉਹ ਮੈਂਸ਼ਨ ਕਰ ਦੇਣਾ ਕਿ ਪੰਜਾਬ ਦੇ ਵਿੱਚੋਂ ਕਿਸ ਡਿਸਟ੍ਰਿਕਟ ਤੋਂ ਤੁਸੀਂ ਬਿਲੋਂਗ ਕਰਦੇ ਆ ਉਸ ਤੋਂ ਬਾਅਦ ਇਹਦੇ ਵਿੱਚ ਜਿਹੜੇ ਤੁਹਾਡੇ 10th ਕਲਾਸ ਦੇ ਜਾਂ ਔਨਵਰਡ ਜਿਹੜੇ ਤੁਹਾਡੇ ਮਾਰਕਸ ਹੈ ਉਹ ਤੁਸੀਂ ਇੱਥੇ ਮੈਂਸ਼ਨ ਕਰਨੇ ਆ ਤੇ ਕਿਹੜੀ ਤੁਹਾਡੀ ਕੁਆਲੀਫਿਕੇਸ਼ਨ ਹੈ ਔਰ ਕਿਹੜੀ ਬੋਰਡ ਜਾਂ ਯੂਨੀਵਰਸਿਟੀ ਤੋਂ ਤੁਸੀਂ ਪਾਸ ਆਊਟ ਕੀਤੀ ਆ ਕਦੋਂ ਪਾਸ ਆਊਟ ਕੀਤੀ ਆ ਕਿੰਨੇ ਤੁਹਾਡੇ ਮਾਰਕਸ ਸੀਗੇ ਉਹ ਤੁਸੀਂ ਇੱਥੇ ਮੈਂਸ਼ਨ ਕਰ ਸਕਦੇ ਆ ਉਸ ਤੋਂ ਬਾਅਦ ਅਗਰ ਅਦਰ ਤਰ੍ਹਾਂ ਕੋਈ ਕੁਆਲਿਫੀਕੇਸ਼ਨ ਹੈ ਤੁਸੀਂ ਇੱਥੇ ਮੈਂਸ਼ਨ ਕਰ ਸਕਦੇ ਆ ਅਗਰ ਨਹੀਂ ਹੈਗੀ ਤਾਂ ਤੁਸੀਂ ਬਲੈਂਕ ਛੱਡ ਸਕਦੇ ਆ ਫਰੈਸ਼ਰ ਹੈ ਤਾਂ ਤੁਸੀਂ ਫਰੈਸ਼ਰ ਹੀ ਲਿਖੋਗੇ ਅਗਰ ਤੁਹਾਨੂੰ ਕੋਈ ਐਕਸਪੀਰੀਅੰਸ ਹੈ ਇੱਥੇ ਮੈਂਸ਼ਨ ਕਰ ਸਕਦੇ ਨਹੀਂ ਤਾਂ ਇਹਨੂੰ ਤੁਸੀਂ ਖਾਲੀ ਛੱਡ ਦੇਣਾ ਹੈ ਐਥੇ ਆਪਣੇ ਸਿਗਨੇਚਰ ਕਰਕੇ ਇਹਨਾਂ ਦੇ ਗਿਵਨ ਐਡਰੈਸ ਤੇ ਭੇਜਣਾ ਹੈ ਹੁਣ ਮੈਂ ਤੁਹਾਨੂੰ ਦੱਸ ਜੀ ਇਹ ਵਿੱਚ ਉਮਰ ਹੱਦ ਕਿੰਨੀ ਰਹਿਣ ਵਾਲੀ ਹੈ ਤੇ ਕਦ ਤੋਂ ਕਦ ਤੱਕ ਤੁਸੀਂ ਜਿਹੜਾ ਅਪਲਾਈ ਕਰ ਲੈਣਾ ਹੈ ਇਦੇ ਵਿੱਚ ਜਿਹੜੀ ਆ ਤੁਹਾਡੀ ਉਮਰ 18 ਤੋਂ 37 ਸਾਲ ਹੈ ਤਾਂ ਤੁਸੀਂ ਜਿਹੜਾ ਅਪਲਾਈ ਕਰ ਸਕਦੇ ਆ ਇਹਨਾਂ ਨੇ ਮੈਂਸ਼ਨ ਕੀਤਾ ਹੈ ਉਮਰ ਤੁਹਾਡੀ ਜਿਹੜੀ ਹੈ ਇੱਥੇ 31/10/2020 ਤੱਕ ਜਿਹੜੀ ਹੈ ਜਨਰਲ ਕੈਟਾਗਰੀ ਦੀ 18 ਤੋਂ 37 ਸਾਲ ਹੈ ਤੁਸੀਂ ਅਪਲਾਈ ਕਰ ਸਕਦੇ ਆ ਉਸ ਤੋਂ ਬਾਅਦ ਐਸਸੀ ਦੇ ਲਈ ਜਿਹੜੀ 18 ਤੋਂ 42 ਸਾਲ ਤੱਕ ਤੁਸੀਂ ਅਪਲਾਈ ਕਰ ਸਕਦੇ ਯਾਨੀ ਕਿ ਉਹਨਾਂ ਨੂੰ ਜਿਹੜਾ ਰਿਲੈਕਸੇਸ਼ਨ ਦਿੱਤਾ ਜਾਊਗਾ ਇਹਦੇ ਵਿੱਚ 5 ਸਾਲ ਦਾ ਆਓਬੀਸੀ ਤਾਂ ਇੱਥੇ ਮੈਂਸ਼ਨ ਨਹੀਂ ਕੀਤਾ ਬਾਕੀ ਜਿਹੜੀ ਐਪਲੀਕੇਸ਼ਨ ਫੀ ਹੈ ਉਹ ਤੁਸੀਂ 250 ਰੁਪਏ ਦਾ ਜਿਹੜਾ ਡਿਮਾਂਡ ਡਰਾਫਟ ਬਣਾਣਾ ਹੈ ਇਹਨਾਂ ਦੇ ਐਡਰੈਸ ਤੇ ਨਾਮ ਤੋਂ ਤੁਹਾਨੂੰ ਮੈਂ ਦੱਸਾਂਗੀ ਕਿਹੜੀ ਐਡਰੈਸ ਤੇ ਨਾਮ ਤੋਂ ਬਣਾਣਾ ਹੈ ਤੇ ਇਹਨਾਂ ਦੇ ਐਡਰੈਸ ਤੇ ਤੁਸੀਂ ਸੈਂਡ ਕਰਨਾ ਹੈ ਸਾਰੇ ਆਪਣੇ ਫਾਰਮ ਦੇ ਨਾਲ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਆਪਾਂ ਗੱਲ ਕਰਦੇ ਹੁਣ ਐਪਲੀਕੇਸ਼ਨ ਫੀ ਤਾਂ ਆਪਾਂ ਮੈਂ ਤੁਹਾਨੂੰ ਆਲਰੇਡੀ ਡਿਸਕਸ ਕਰ ਲਿੱਤਾ ਆ ਹੁਣ ਆਪਾਂ ਗੱਲ ਕਰਦੇ ਵਿੱਚ ਸੈਲਰੀ ਦੀ ਤੁਹਾਡੀ ਇਹਦੇ ਵਿੱਚ ਪਰ ਮਨਥ ਸੈਲਰੀ ਜਿਹੜੀ ਰਹੂਗੀ 15000 ਪਲੱਸ 900 ਜਿਹੜਾ ਫਿਕਸ ਟੀਏ ਤੁਹਾਨੂੰ ਦਿੱਤਾ ਜਾਊਗਾ ਇਹਦੇ ਵਿੱਚ ਕੈਟਾਗਰੀ ਵਾਈਜ਼ ਇਹਨਾਂ ਨੇ ਵੈਕੈਂਸੀਸ ਨੂੰ ਡਿਵਾਈਡ ਕੀਤਾ ਹੈ ਤੁਸੀਂ ਦੇਖ ਸਕਦੇ ਹੋ ਜਰਨਲ ਦੇ ਲਈ ਇੱਕ ਪੋਸਟ ਹੈ ਜਰਨਲ ਈਡਬਲਯੂਐਸ ਲਈ ਇੱਕ ਪੋਸਟ ਹੈ ਉਸ ਤੋਂ ਬਾਅਦ ਐਸਸੀ ਕੈਟਾਗਰੀ ਵਾਸਤੇ ਇੱਕ ਪੋਸਟ ਹੈ ਬੀਸੀ ਕੈਟਾਗਰੀ ਲਈ ਇੱਕ ਪੋਸਟ ਹੈ ਐਕਸ ਸਰਵਿਸਮੈਨ ਲਈ ਇੱਕ ਹੈਂਡੀਕੈਪ ਕੈਂਡੀਡੇਟ ਵਾਸਤੇ ਇੱਕਾ ਟੋਟਲ ਜਿਹੜੀਆਂ 6 ਪੋਸਟਾਂ ਨੂੰ ਆਊਟ ਕਰ ਦਿੱਤਾ ਗਿਆ ਹੈ ਟੈਕਨੀਕਲ ਅਸਿਸਟੈਂਟ ਬਲੋਕ ਲੈਵਲ ਦੀ ਇਹ ਵੈਕੈਂਸੀਸ ਆ ਜਿਹਨਾਂ ਨੂੰ ਆਊਟ ਕੀਤਾ ਗਿਆ ਆ ਤੁਸੀਂ ਡਿਗਰੀ ਜਾਂ ਡਿਪਲੋਮਾ ਕੀਤਾ ਹੋਇਆ ਆ ਸਿਵਲ ਇੰਜੀਨੀਅਰਿੰਗ ਦੇ ਵਿੱਚ ਗਵਰਨਮੈਂਟ ਰੀਕੋਗਨਾਈਜ਼ਡ ਇੰਸਟੀਚਿਊਟ ਤੋਂ ਤੁਸੀਂ ਅਪਲਾਈ ਕਰ ਸਕਦੇ ਆ ਤੇ ਤੁਹਾਡੇ ਪ੍ਰੋਫੀਸ਼ੈਂਸੀ ਜਿਹੜੀ ਹੋਣੀ ਚਾਹੀਦੀ ਆ ਚਾਹੀਦੀ ਆ MS Word Excel Database ਫੰਕਸ਼ਨ ਦੇ ਵਿੱਚ ਤਾਂ ਤੁਸੀਂ ਜਿਹੜਾ ਅਪਲਾਈ ਕਰ ਸਕਦੇ ਆ ਤੁਸੀਂ ਦੇਖ ਸਕਦੇ ਜਿਹੜਾ ਨੋਟੀਫਿਕੇਸ਼ਨ ਦਾ ਨੇ ਆਊਟ ਕੀਤਾ ਆ ਏ ਡੀਸੀ ਸੰਗਰੂਰ ਦੇ ਵੱਲੋਂ ਆਊਟ ਕੀਤਾ ਗਿਆ ਆ ਸ਼ਾਮ 5 ਵਜੇ ਤੱਕ ਤੁਸੀਂ 18 ਤਰੀਕ ਨੂੰ ਇਹਨਾਂ ਦੇ ਗਿਵਨ ਐਡਰੈਸ ਤੇ ਆਪਣੇ ਰਿਕੁਆਇਰਡ ਡਾਕੂਮੈਂਟ ਕਿਸੇ ਵੀ ਹਾਲਤ ਚ ਪਹੁੰਚਾ ਦੇਣੇ ਆ ਉਸ ਤੋਂ ਬਾਅਦ ਨੈਕਸਟ ਪ੍ਰੋਸੀਜਰ ਜਿਹੜਾ ਰਹੇਗਾ ਉਹ ਤੁਹਾਡਾ ਇੰਟਰਵਿਊ ਦਾ ਰਹੇਗਾ ਜਿਹੜਾ ਇਹ ਆਪਣੀ ਆਫੀਸ਼ਲ ਸਾਈਟ ਤੇ ਅਪਡੇਟ ਕਰਨਗੇ ਤੇ ਇਹਨਾਂ ਨੇ ਇੱਕ ਇੰਪੋਰਟੈਂਟ ਚੀਜ਼ ਇੱਥੇ ਮੈਂਸ਼ਨ ਕੀਤੀ ਆ ਕਿ 10ਵੀਂ ਜਿਹੜੀ ਆ ਤੁਹਾਡੀ ਪੰਜਾਬੀ ਸਬਜੈਕਟ ਨਾਲ ਪਾਸ ਆਊਟ ਹੋਣੀ ਜ਼ਰੂਰੀ ਆ ਤੇ ਤੁਹਾਨੂੰ ਜਿਹੜੀ ਆ ਕੰਪਿਊਟਰ ਔਰ ਇੰਟਰਨੈਟ ਦੀ ਜਿਹੜੀ ਜਾਣਕਾਰੀ ਆ ਉਹ ਹੋਣਾ ਲਾਜ਼ਮੀ ਆ ਇੱਥੇ ਤੁਸੀਂ 8ਵੇਂ 9ਵੇਂ ਨੰਬਰ ਤੇ ਪੜ੍ਹ ਅਦਰ ਇਨਫੋਰਮੇਸ਼ਨ ਵੀ ਤੁਸੀਂ ਪੜ ਲੈਣਾ ਇਹਨਾਂ ਦੇ ਨੋਟੀਫਿਕੇਸ਼ਨ ਦੇ ਉੱਤੋਂ ਬਾਕੀ ਅੱਜ ਦੇ ਲਈ ਐਨਾ ਹੀ ਹੁਣ ਆਪਾਂ ਮਿਲਾਂਗੇ ਨੈਕਸਟ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ ਜੀ